बनाया मैनु शायर तू ताही माड़ा तेनु आख दानी दिल सट। सो हे गाइस, की हाल चाल, सब तो पुलिस सारे कैंट होंगे। इस गड्डी जाती है छलांगा मार दी, एमए विक बेनट अलों जसविंदर पलाबी एंड शर्मा 28 सितंबर नु आई नी फिल्म, ठीक है। ते समीप कंग जी ने डायरेक्ट की है, इट्स अ फॉर्मूला फिल्म जड़ी के चाली जानी, ठीक है। मतलब कि तुम्हें पता ही है कि पांच छे वधिया वधिया एक्टर ला लो, कॉमेडी आ जाए, दैट्स इट। ओए एमबीए पास जट्टा दे मुंडे नु जे दाज नहीं मिलू फिटे लाण ता ही जी एमबीए दे। ओ मेनू दाज दे चक्कर च बिहार ना व्याह दियो किते। ओ यार सारीयां कुड़ियां पंजाब दियां ने, बस ए थोड़ा जिहा लंग मार दी। की बकवास पास करी जानो यार, दिमाग सही है थोड़ा यार। ओ यार की फर्क पैंदा, जिथे तैनू जान च काली होई उथे गोदी चक्के भज लिया करी। ਡੈਡੀ ਅਸੀਂ ਫਾਸਟ ਫੂਡ ਦੀ ਰੇੜੀ ਲਾਉਣੀ ਹੈ। ਐਮਬੀਏ ਦਾ ਪਹਿਲਾ ਚੈਪਟਰ ਇਹੀ ਕਹਿੰਦਾ, ਕੰਮ ਕੋਈ ਵੱਡਾ ਛੋਟਾ ਨਹੀਂ ਹੁੰਦਾ, ਬੰਦਾ ਮਿਹਨਤ ਕਰਨ ਵਾਲਾ ਚਾਹੀਦਾ। ਤੂੰ ਸੋਚ ਲੈ ਐਮਬੀਏ ਦਾ ਪਹਿਲਾ ਚੈਪਟਰ ਹੈ ਹੀ ਨਹੀਂ, ਤੂੰ ਦੂਜੇ ਤੋਂ ਸ਼ੁਰੂ ਕੀਤਾ। ਚੱਲੀ ਜਾ। ਵਾਹ ਇੱਕ ਗੱਲ ਤਾਂ ਆਇਆ ਵੀ ਕਿ ਮਤਲਬ ਨਾ ਕਾਮੇਡੀ ਔਨ ਪੁਆਇੰਟ ਕਰਦੇ ਹੋ ਜਾਂ ਡੈਡੀ ਜਨੀ ਤੂੰ ਸੁਣ ਜਰਾ ਖੜ ਕੇ। ਹੈਪੀ ਐਮਬੀਏ ਫਾਸਟ ਫੂਡ ਕਾਰਨਰ ਕਦੋਂ ਹੈ ਓਪਨਿੰਗ? ਜਿਹੜੇ ਵੇਲੇ ਤੁਸੀਂ ਆਉਣਾ ਆਪਾਂ ਨਾਲ ਦੀ ਨਾਲ ਹੀ ਗੜਾਈ ਧਰ ਲੈਣੀ ਹੈ। ਤੇਰਾ ਕਰਾਉਣੇ ਅੱਜ ਸਾਰੀ ਰਾਤ ਖੜ ਕੇ। ਓਏ ਯਾਰ ਇਹ ਉਹਦੇ ਤੇ ਆਏ ਆ ਕੀ ਨਾਮ ਆ ਉਹਨੂੰ, ਪੂੰਡ ਨਹੀਂ ਕਹਿੰਦੇ ਯਾਰ, ਫਿਰ ਵੀ ਕਾਈਂਡ ਆਫ ਘੜੁੱਕਾ ਕਹਿ ਸਕਦੇ ਹਾਂ। ਜਿਹੜੇ ਵੇਲੇ ਤੁਸੀਂ ਆਉਣਾ ਆਪਾਂ ਨਾਲ ਦੀ ਨਾਲ ਹੀ ਗੜਾਈ ਧਰ ਲੈਣੀ ਹੈ। ਤੇਰਾ ਕਰਾਉਣੇ ਅੱਜ ਸਾਰੀ ਰਾਤ ਖੜ ਕੇ। ਆਪਾਂ ਨੂੰ ਕਿੰਨਾ ਕੁ ਬਣਿਆ, ਅੱਜ ਤਾਂ ਇੱਜ਼ਤ ਹੀ ਬਣੀ ਹੈ ਜੀ। ਉਹ ਤੇਰਾ ਦਿਮਾਗ ਖਰਾਬ ਹੋ ਗਿਆ ਯਾਰ, ਮੈਨੂੰ ਤਾਂ ਜੋ ਐਮਬੀਏ ਕਹਿੰਦੀ ਹੈ ਮੈਂ ਤਾਂ ਉਹੀ ਕਰ ਰਿਹਾ। ਡੈਡੀ ਮੈਨੂੰ ਜੋ ਮਰਜ਼ੀ ਕਰਾ ਦੀ, ਬਸ ਐਮਬੀਏ ਨਾ ਕਰਾਈ। ਉਹ ਸੋਚਣੇ ਦੀ ਲੋੜ ਕਿੱਥੇ ਪੈਂਦੀਆਂ ਨੇ ਕੰਮ। ਤੇਰੇ ਪਿਓ ਨੇ ਤੈਨੂੰ ਪਾਲ ਪੋਸ ਕੇ ਵੱਡਾ ਇਸ਼ਕ ਕਰਨ ਲਈ ਨਹੀਂ ਕੀਤਾ, ਦਾਜ ਲਈ ਕੀਤਾ। ਜਿੱਥੇ ਓ ਮਾਰੂ ਦੇ ਡਰਮ ਖਾਲੀ ਹੋਣਗੇ ਉਹ ਜੱਟਾਂ ਦੇ ਵਿਆਹ। ਗੱਡੀ ਦਾ ਦਿਖਾ ਦੇ ਦਾਜ ਵਾਲੀ, ਉਹ ਤਾਂ ਯਾਰ ਵੇਚਤੀ। ਯਾਰ ਆ ਨੀ ਮੈਨੂੰ ਸਮਝ ਆਇਆ ਇਹਨਾਂ ਦਾ, ਮਤਲਬ ਗੱਡੀ ਗੱਡੀ ਕਿੱਥੇ ਹੈ? ਗੁਆਂਢੀ ਲੈ ਗਏ। ਗੁਆਂਢੀਆਂ ਨੂੰ ਫੋਨ ਕਰੋ, ਫਿਰ ਕਹੋ ਮੁੰਡਿਆਂ ਦਾ ਫੁੱਫੜ ਆਇਆ। ਗੁਆਂਢੀ ਵੀ ਜੀ ਆਪਦੇ ਫੁੱਫੜ ਨੂੰ ਘਮਾਉਣ ਗਏ ਨੇ। ਓਏ ਤੋ ਚੰਗਾ ਤਾਂ ਮੈਂ ਗੁਆਂਢੀਆਂ ਦਾ ਫੁੱਫੜ ਹੁੰਦਾ, ਘੱਟੋ ਘੱਟ ਅੱਜ ਨਵੀਂ ਗੱਡੀ ਦਾ ਝੂਟਾ ਤਾਂ ਲੈਂਦਾ। ਅੱਜ ਆਪਣੀ ਚੱਕੀ ਗੱਲ ਤਾਂ ਠੀਕ ਹੈ ਕਿ ਉਹਨਾਂ ਦਾ ਫੁੱਫੜ ਆਇਆ। ਲਾਈਨ ਤਾਂ ਮਾੜਾ ਜਿਹਾ ਫੋਨ, ਕਹਿੰਦੀ ਦਾਜ ਦਾ ਸਮਾਨ ਵਾਪਸ ਭੇਜ ਦੇਣ, ਵਿਆਹ ਚ ਬਰਾਦਰੀ ਦੇ ਸਾਹਮਣੇ ਅਸੀਂ ਦੁਬਾਰਾ ਦੇ ਦਾਂਗੇ। ਬਾਈ ਯਾਰ ਉਹਦਾ ਮਗਰੀ ਪੈ ਗਏ ਵੀ ਗੱਡੀ ਭੇਜੋ ਗੱਡੀ ਭੇਜੋ। ਐਂ ਕਿਹੜਾ ਦਈ ਰੱਖ ਕਿ ਗੱਡੀ ਗਈ ਹੋਈ ਆ, ਗੱਡੀ ਗਈ ਹੋਈ। ਓਏ ਮੈਨੂੰ ਨਹੀਂ ਦੱਸਣਾ ਨਾ ਦੱਸੋ, ਪਰ ਗੱਡੀ ਸਜਾਉਣ ਤੋਂ ਪਹਿਲਾਂ ਇੱਕ ਗੇੜਾ ਮੈਨੂੰ ਜ਼ਰੂਰ ਦਵਾ ਦਿਓ। ਯਾਰ ਇਹਨਾਂ ਨੇ ਬਿੱਗ ਸਸਪੈਂਸ ਰੱਖ ਲਿਆ ਟ੍ਰੇਲਰ 'ਚ ਕਿ ਗੱਡੀ ਕਿੱਥੇ ਗਈ। ਮੈਨੂੰ ਕਾਫੀ ਹੱਦ ਤੱਕ ਲੱਗਦਾ ਕਿ ਗੱਡੀ ਚੋਰੀ ਹੋ ਗਈ, ਜਿਵੇਂ ਮੇਰੇ ਡੈਡ ਕੀ ਮਰੂਤੀ ਨਹੀਂ ਹੈਗੀ ਸੀ ਫਿਲਮ, ਉਹਦੇ 'ਚ ਜਿਵੇਂ ਸੀ ਉਦੋਂ ਦਾ ਲੱਗਦਾ ਕੁਛ। ਚੱਲ ਵਧੀਆ ਯਾਰ, ਠੀਕ ਹੈ, ਹੱਸ ਖੇਡ ਲੈਣਗੇ ਚਾਰ ਘੜੀ, ਠੀਕ ਹੈ। ਚਲੋ ਬਥੇਰੀਆਂ ਟੈਨਸ਼ਨਾਂ ਉਂਝ ਵੀ ਲੋਕਾਂ ਦੀ ਜ਼ਿੰਦਗੀ 'ਚ, ਚਾਰ ਘੜੀ ਬੰਦੇ ਹੱਸ ਖੇਡ ਲੈਂਦੇ ਆ। ਬਟ ਮੈਨੂੰ ਕੋਈ ਜ਼ਿਆਦਾ ਇੰਨੀ ਅਪੀਲਿੰਗ ਫਿਲਮ ਨਹੀਂ ਲੱਗੀ, ਮੈਨੂੰ ਕੋਈ ਇੱਦਾਂ ਨਹੀਂ ਲੱਗਿਆ ਕਿ ਕੁਛ ਮੈਂ ਨਵਾਂ ਦੇਖ ਰਿਹਾ ਕੋਈ ਡਾਇਲੋਗਸ ਵਿੱਚ ਜਾਂ ਕਿਤੇ ਬਸ ਵੀ। ਹਾਂ ਠੀਕ ਹੈ, ਕੁਡ ਬੀ ਬੈਟਰ, ਮੈਂ ਮਤਲਬ ਦੇਖ ਸਕਦਾ ਫਿਲਮ ਨੂੰ, ਪਰ ਮੈਂ ਘਰ ਬਹਿ ਕੇ ਦੇਖਣਾ ਪਸੰਦ ਕਰੂੰਗਾ ਥੀਏਟਰ 'ਚ ਜਾਣ ਨਾਲੋਂ। ਜੇ ਤੁਹਾਨੂੰ ਵਧੀਆ ਲੱਗਦਾ ਤੁਸੀਂ ਜ਼ਰੂਰ ਜਾਓ, ਤੁਸੀਂ ਐਮ ਬੀ ਹੋਰਾਂ ਦੇ ਜਾਂ ਕਿਸੇ ਦੇ ਵੀ ਇਹਨਾਂ 'ਚੋਂ ਵੱਡੇ ਫੈਨ ਹੋ ਜ਼ਰੂਰ ਜਾਓ। ਬਟ ਠੀਕ ਹੈ, ਜਿਹੜੀ ਫਿਲਮ ਦੇਖਣੀ ਬਣਦੀ ਉਹ ਦੇਖੀ ਹੈ, ਠੀਕ ਹੈ। ਜਿਹੜੀ ਫਿਲਮ ਇੱਦਾਂ ਲੱਗਦਾ ਥੋੜ੍ਹੀ ਘਰ ਬਹਿ ਕੇ ਵੀ ਦੇਖ ਸਕਦੇ ਹੋ, ਕਿਉਂਕਿ ਘਰ ਬੈਠੇ ਵੀ ਉਹਨਾਂ ਨੂੰ ਪੈਸੇ ਤਾਂ ਬਣਨੇ ਹੈ, ਉਹਨਾਂ ਨੇ ਵੇਚਣੀ ਤਾਂ ਹੈਗੀ ਉਹ ਫਿਲਮ, ਹੈ ਨਾ, ਓ ਟੀ ਟੀ ਪਲੇਟਫਾਰਮਸ ਨੂੰ ਵੀ। ਸੋ ਆਪਣੇ ਵੱਲੋਂ ਮੈਂ ਤੁਸੀਂ ਜ਼ਰੂਰ ਦੇਖਣ ਜਾਓ, ਆਪਾਂ
ਆਪਣੀ ਆਪਣੀ ਪਸੰਦ ਆ। ਸੋ ਮੈਂ ਕੋਮੇਡੀ ਵਾਲੀ ਫਿਲਮਾਂ 'ਚ ਥੋੜ੍ਹਾ ਘੱਟ ਆ, ਮੈਂ ਘਰ ਬਹਿ ਕੇ ਦੇਖਣਾ ਪਸੰਦ ਕਰੂੰਗਾ। ਬਟ ਠੀਕ ਹੈ, ਕਲਰ ਵਧੀਆ ਨੇ, ਡਰੈਸਿੰਗ ਸੈਂਸ ਵਧੀਆ ਰੱਖੇ ਹੋਏ, ਥੋੜ੍ਹਾ ਜ਼ਿਆਦਾ ਅਮੀਰ ਘਰ ਨਹੀਂ ਦਿਖਾਇਆ, ਨੋਰਮਲ ਪਿੰਡਾਂ ਵਾਲਾ ਘਰ ਦਿਖਾਇਆ ਗਿਆ ਇੱਥੇ। ਦੈਟਸ ਇਟ, ਸਤਿ ਸ਼੍ਰੀ ਅਕਾਲ।